ਅੰਮ੍ਰਿਤਸਰ ਵਿਖੇ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ 'ਚ ਪਹੁੰਚੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕਾਫੀ ਮੂਡ 'ਚ ਨਜ਼ਰ ਆਏ। ਇਸ ਮੌਕੇ ਜਿੱਥੇ ਇੱਕ ਵਾਰ ਫਿਰ ਉਹਨਾਂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ, ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਅੰਗ ਕਹਿਆ ਕਿ ਤੁਸੀਂ ਅਖੀਰਲਾ ਸਵਾਲ ਹਮੇਸ਼ਾ ਮਿਸਿਸ ਸਿੱਧੂ ਵਾਲਾ ਹੀ ਪੁੱਛਦੇ ਹੋ। ਮਜੀਠੀਆ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਪੰਜਾਬ 'ਚ ਹਾਰਨ ਤੋਂ ਕੋਈ ਨਹੀਂ ਬਚਾ ਸਕਦਾ। ਮਜੀਠੀਆ ਵੱਲੋਂ ਅਮਨਦੀਪ ਹੋਸਪਿਟਲ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਮੂਲੀਅਤ ਕੀਤੀ ਗਈ ਸੀ। ਜੋ ਹਾਲਾਤ ਲੱਗੇ ਮੈਨੂੰ ਲੱਗਦਾ ਜਿਹੇ ਜਿਹਾ ਛਿੱਤਰੋ ਛਿੱਤਰੀ ਮੈਚ ਇਹਨਾਂ ਦਾ ਆਪਸ 'ਚ ਹੋਣ ਲੱਗਿਆ। ਭਗਵੰਤ ਮਾਨ ਅੱਜ ਛੋਟੇਪੁਰ ਨੇ ਕੀ ਗੱਲ ਆਖੀ ਜੋ ਸਾਰੇ ਪੰਜਾਬ ਆਖ ਰਿਹਾ ਬੜੇ ਚਿਰ 'ਚ ਕਿ ਭਗਵੰਤ ਮਾਨ ਇੱਕ ਉਹਨੂੰ ਡਰੰਕਡ ਵੀ ਕਿਹਾ, ਡਰੱਗ ਐਡਿਕਟ ਵੀ ਕਿਹਾ, ਪਤਾ ਨਹੀਂ ਕਿਹੜੇ ਕਿਹੜੇ ਅਲਫਾਜ਼ ਲੱਭੇ। ਅਤੇ ਆਮ ਆਦਮੀ ਪਾਰਟੀ ਨੌ ਦਾ ਆਮ ਆਦਮੀ ਆ, ਅੰਦਰ ਤਾਂ ਸਾਰੀ ਖਤਰਨਾਕ, ਪੰਜਾਬ ਨੂੰ ਲੁੱਟਣ ਵਾਲੇ, ਪੰਜਾਬ ਨੂੰ ਬਦਨਾਮ ਕਰਨ ਵਾਲੇ, ਸਿੱਖੀ ਨੂੰ ਇੱਕ ਤਰੀਕੇ ਦੇ ਢਾਣ ਲਾਉਣ ਵਾਲੇ, ਕਿ ਇਹਨਾਂ ਦੇ ਆਪਦੇ ਲੋਕ ਇਸ ਗੱਲ ਦਾ ਖੁਲਾਸਾ ਕਰ ਰਹੇ। ਕਿਹਨੇ ਛੋਟੇਪੁਰ ਸਾਹਿਬ ਜਦੇ ਗੱਲ ਕਰ ਰਹੇ ਕੌਣ ਸੀ? ਉਹੀ ਸੀ ਨਾ ਜਿਨ੍ਹਾਂ ਨੇ ਪਾਰਟੀ ਨੂੰ ਪਿਛਲੇ 2.5-3 ਸਾਲ ਦਿਨ ਰਾਤ ਇੱਕ ਕਰਕੇ ਉਹ 'ਚ ਕੇਜਰੀਵਾਲ ਨੇ ਉਹਦੇ 'ਤੇ ਵਿਸ਼ਵਾਸ ਕੀਤਾ ਸੀ। ਅਤੇ ਅੱਜ ਜੇ ਉਹ ਅੰਦਰਲੀ ਕਰਦਾ ਭੇਤੀ ਲੰਕਾ ਢਾਵੇ, ਕਿ ਅੱਜ ਇਸ ਲਈ ਚੰਗੀ ਗੱਲ ਹੈ ਕਿ ਹੀ ਹੈਜ਼ ਰਿਲਾਈਜ਼ਡ ਐਨ ਉਹੀ ਸੱਚ ਜੋ ਬਾਰ ਬਾਰ ਬਾਹਰ ਸਵਾਲ ਉੱਠ ਰਹੇ ਸੀ, ਅੱਜ ਉਹ ਸਵਾਲ ਉਹਨਾਂ ਨੇ ਲੋਕਾਂ ਨੂੰ ਜਗ ਜ਼ਾਹਿਰ ਕੀਤੇ। ਦੇਖੋ ਹਾਲਾਤ ਸਾਰੀ ਪਰਮਾਤਮਾ ਬਣਾਉਂਦਾ, ਸਾਰੇ ਹਾਲਾਤ ਵਧੀਆ। ਚੰਗੀ ਗੱਲ ਹੈ ਜੀ, ਜਦੋਂ ਲੀਡਰ ਆਫ ਆਪੋਜੀਸ਼ਨ ਨਹੀਂ ਉਹਨਾਂ ਦਾ ਦਿੱਲੀ 'ਚ ਬਣਦਾ, ਚੇਤਨਾ ਉਹਨਾਂ 'ਚ ਆਵੇ, ਛੇਤੀ ਆਵੇ ਤੇ ਚੰਗਾ ਬਚਾਓ। ਮੈਂ ਦੇ ਤਾਂ ਦੇਵਾਂ, ਮਗਰ ਤੁਹਾਡਾ ਅਖੀਰਲਾ ਸਵਾਲ ਫਿਰ ਮਿਸਿਸ ਸਿੱਧੂ ਵਾਲਾ ਹੁੰਦਾ। ਅੰਮ੍ਰਿਤਸਰ ਵਾਸਤੇ ਅਮਨਦੀਪ ਕ੍ਰਿਕਟ ਅਕੈਡਮੀ ਇੱਕ ਸਾਡੇ ਲਈ, ਸਾਰੇ ਲਈ ਇੱਕ ਬਹੁਤ ਵੱਡਾ ਉੱਭਰਦਾ ਸਿਤਾਰਾ ਹੈ, ਅਤੇ ਵੀ ਵਿਲ ਵਿਸ਼ ਦਮ ਵੈਲ। ਐਂਡ ਅੱਜ ਹੀ ਮੈਂ, ਮੇਰੇ ਵੱਲੋਂ ਮੇਰੀ ਕੋਸ਼ਿਸ਼ ਹੈ ਕਿ ਪੀ ਸੀ ਏ ਇੱਥੇ ਮਹਿਤਾ ਸਾਹਿਬ ਵੀ ਆਏ ਸੀ, ਮੈਂ ਉਹਨਾਂ ਨੂੰ ਵੀ, ਉਹਨਾਂ ਨੇ ਮੈਨੂੰ ਬੇਨਤੀ ਕੀਤੀ, ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ ਕਲੱਬ ਦੀ ਅਫੀਲੀਏਸ਼ਨ ਜਲਦ ਤੋਂ ਜਲਦ ਕਰਾਈ ਜਾਵੇ, ਕਿਉਂਕਿ ਡੀ ਸੀ ਸਾਹਿਬ ਇਹਦੇ ਪ੍ਰਧਾਨ ਹੈ, ਅਤੇ ਉਹ ਵੀ ਅਸੀਂ ਰਿਕਮੈਂਡ ਕਰਕੇ ਛੇਤੀ ਭਜਵਾਵਾਂਗੇ, ਸੋ ਦੈਟ ਬੱਚਿਆਂ ਨੂੰ ਮੌਕੇ। ਬਿਊਰੋ ਰਿਪੋਰਟ, ਪੰਜਾਬ ਟੂਡੇ।